ਪ੍ਰਸ਼ਾਸਨ ਦੇ ਵੱਲੋਂ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਬੁਲਾਈ ਗਈ ਕਰਮਚਾਰੀਆਂ ਦੀ ਅਹਿਮ ਮੀਟਿੰਗ ਹੁਣ ਖਤਮ ਹੋ ਗਈ ਹੈ। ਦੱਸਦੀ ਕਿ ਸਵੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਅੱਜ ਅਹਿਮ ਮੀਟਿੰਗ ਕੀਤੀ ਜਾਣੀ ਹੈ। ਸੀਐਮ ਹਾਊਸ ਦੇ ਵਿੱਚ ਇਹ ਮੀਟਿੰਗ ਬੁਲਾਈ ਗਈ ਸੀ ਤਾਂ ਹੁਣ ਇਹ ਮੀਟਿੰਗ ਖਤਮ ਹੋ ਗਈ ਹੈ। ਅੰਦਰ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਝੋਨੇ ਦਾ ਸੀਜ਼ਨ ਅਸੀਂ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਅਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ। ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ, 5-6 ਹਜ਼ਾਰ ਦਾ ਡੀਜ਼ਲ ਅਸੀਂ 1 ਏਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ। ਸੋ ਸਾਡਾ ਲਗਭਗ 1 ਏਕੜ ਦੇ ਪਿੱਛੇ 5-6 ਹਜ਼ਾਰ ਰੁਪਏ ਬੱਚਤ ਹੋ ਗਈ। ਮੇਰਾ ਨਾਮ ਗੁਰਮੀਤ ਸਿੰਘ ਹੈ ਜੀ, ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ, ਤਹਿਸੀਲ ਖਮਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ। 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ। ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪਲਾਈਨ ਬਣਾਈ ਹੈ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਬਹੁਤ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ, ਇਸ ਵਾਰ ਆਇਆ ਜੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਵੈੱਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ। ਫਸਲਾਂ ਦੀ ਸਿੰਚਾਈ ਲਈ 14,103 ਖਾਲਾਂ ਦੇ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ, ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਅਹਿਮ ਮੀਟਿੰਗ ਹੋ ਰਹੀ ਸੀ। ਦੱਸਦੇ ਕਿ ਨਿਬਿਊਲਾ ਗਰੁੱਪ ਦੇ ਅਫਸਰਾਂ ਦੇ ਨਾਲ ਸੀਐਮ ਮਾਨ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਹੈ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ। ਇਸ ਮੀਟਿੰਗ ਦੇ ਵਿੱਚ ਕਈ ਅਹਿਮ ਚਰਚਾ ਕੀਤੀ ਗਈ। ਸਫਾਈ ਨੂੰ 3 ਫੇਜ਼ ਦੇ ਵਿੱਚ ਮੁਕੰਮਲ ਕਰਨ ਨੂੰ ਲੈ ਕੇ ਜਿਹੜਾ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਤਾਂ ਬੁੱਢੇ ਨਾਲੇ ਦਾ ਮੁੱਦਾ ਜਿਹੜਾ ਲਗਾਤਾਰ ਭਖਦਾ ਹੋਇਆ ਅਕਸਰ ਦਿਖਾਈ ਦਿੱਤਾ, ਉੱਥੇ ਹੀ ਇਸੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਹਿਮ ਮੀਟਿੰਗ ਸੱਦੀ ਗਈ ਸੀ। ਅਧਿਕਾਰੀਆਂ ਦੇ ਨਾਲ ਅਹਿਮ ਮੁਲਾਕਾਤ ਕੀਤੀ ਗਈ ਤਾਂ ਮੀਟਿੰਗ ਹੁਣ ਖਤਮ ਹੋ ਗਈ ਹੈ। ਅੰਦਰ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਫੋਨ ਲਾਈਨ 'ਤੇ ਮੇਰੇ ਸਹਿਯੋਗੀ ਵਨੀਤ ਜੁੜ ਗਏ ਨੇ। ਜੀ ਵਨੀਤ, ਬੁੱਢੇ ਨਾਲੇ ਦੀ ਸਫਾਈ ਦਾ ਮੁੱਦਾ ਜਿਹੜਾ ਲਗਾਤਾਰ ਭਖਦਾ ਹੋਇਆ ਦਿਖਾਈ ਦਿੱਤਾ, ਸੀਐਮ ਮਾਨ ਦੇ ਵੱਲੋਂ ਅੱਜ ਅਹਿਮ ਮੀਟਿੰਗ ਸੱਦੀ ਗਈ ਸੀ, ਕੀ ਕੁਝ ਰਿਹਾ ਇਸ ਮੀਟਿੰਗ ਦੇ ਵਿੱਚ, ਕਿਹੜਾ ਸਿੱਟਾ ਨਿਕਲ ਕੇ ਸਾਹਮਣੇ ਆਇਆ? ਦੇਖੋ, ਮੀਟਿੰਗ ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ। ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਹੋਈ ਸੀਐਮ ਦੀ, ਔਰ ਨਿਬਿਊਲਾ ਗਰੁੱਪ ਜਿਹੜਾ ਉਸਦੇ ਨਾਲ ਵੀ ਸੀਐਮ ਦੀ ਜਿਹੜੀ ਹੈ ਇੱਕ ਅਹਿਮ ਮੀਟਿੰਗ ਹੋਈ ਹੈ, ਔਰ ਇਸ ਮੀਟਿੰਗ ਦੇ ਵਿੱਚ ਜਿਹੜੀ ਚਰਚਾ ਹੋਈ ਹੈ ਉਸਦੇ ਵਿੱਚ ਜਿਸ ਢੰਗ ਦੇ ਨਾਲ ਬੁੱਢੇ ਨਾਲੇ ਨੂੰ ਮੁੜ ਇਸ ਦੇ ਰੂਪ ਦੇ ਵਿੱਚ ਪਰਿਵਰਤਿਤ ਕਰਨਾ ਹੈ ਤੇ ਉਸ ਨੂੰ ਲੈ ਕੇ ਹੁਣ ਬੁੱਢੇ ਨਾਲੇ ਦੀ ਸਫਾਈ ਜਿਹੜੀ ਹੈ ਉਹ 3 ਫੇਜ਼ ਦੇ ਵਿੱਚ ਮੁਕੰਮਲ ਕੀਤੀ ਜਾਏਗੀ। ਮੁੱਖ ਮੰਤਰੀ ਦੀ ਤਰਫੋਂ ਅਧਿਕਾਰੀਆਂ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਹਿਦਾਇਤਾਂ ਜਿਹੜੀਆਂ ਨੇ ਦੇ ਦਿੱਤੀਆਂ ਗਈਆਂ ਨੇ ਕਿ 3 ਫੇਜ਼ ਦੇ ਵਿੱਚ ਤੁਸੀਂ ਬੁੱਢੇ ਨਾਲੇ ਦੀ ਸਫਾਈ ਨੂੰ ਮੁਕੰਮਲ ਕਰੋ। ਇਸ ਤੋਂ ਇਲਾਵਾ ਜਿਹੜੀਆਂ ਫੈਕਟਰੀਆਂ ਇਸ ਨਾਲੇ ਨੂੰ ਪੋਲਿਊਟਿਡ ਕਰ ਰਹੀਆਂ ਨੇ, ਯਾਨੀ ਜਿਸ ਨੂੰ ਦਰਿਆ ਕਿਹਾ ਜਾਂਦਾ ਸੀ, ਉਸ ਨੂੰ ਜਿਹੜੀਆਂ ਫੈਕਟਰੀਆਂ ਨੇ, ਜਿਹੜੀ ਕੰਪਨੀਆਂ ਨੇ ਨਾਲੇ ਦੇ ਵਿੱਚ ਤਬਦੀਲ ਕੀਤਾ, ਉਹਨਾਂ ਦੇ ਖਿਲਾਫ ਕਾਰਵਾਈ ਕਿਸ ਢੰਗ ਦੇ ਨਾਲ ਕੀਤੀ ਜਾਣੀ ਹੈ, ਉਸਦੇ ਉੱਪਰ ਵੀ ਚਰਚਾ ਹੋਈ ਹੈ। ਕਿੰਨਾ ਸਮਾਂ ਦਿੱਤਾ ਜਾਏ ਤਾਂ ਕਿ ਆਪਣਾ ਜਿਹੜਾ ਵੇਸਟ ਮੈਨੇਜਮੈਂਟ ਸਿਸਟਮ ਹੈ ਉਸਨੂੰ ਇੰਡਸਟਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲੈਣ, ਯਾਨੀ ਓਵਰਆਲ ਚਰਚਾ ਹੋ ਚੁੱਕੀ ਹੈ। ਚਰਚਾ ਤੋਂ ਬਾਅਦ ਰਣਨੀਤੀ ਬਣ ਚੁੱਕੀ ਹੈ, ਉਸ ਵੀ ਰਣਨੀਤੀ ਦੇ ਤਹਿਤ ਹੁਣ ਕੰਪਨੀ ਅਤੇ ਅਧਿਕਾਰੀ ਜਿਹੜੇ ਨੇ ਉਹ ਕੰਮ ਕਰਦੇ ਹੋਏ ਨਜ਼ਰ ਆਉਣਗੇ। ਜੀ ਵਨੀਤ, ਇਸ ਮੀਟਿੰਗ ਦੇ ਵਿੱਚ ਕੋਈ ਟਾਈਮ ਬਾਉਂਡਰੀ ਤੈਅ ਕੀਤੀ ਗਈ ਹੈ ਕਿ ਕਿੰਨੇ ਟਾਈਮ ਤੱਕ ਇਹ ਸਾਰੀ ਮੁਕੰਮਲ ਸਫਾਈ ਹੋਣੀ ਚਾਹੀਦੀ ਹੈ ਬੁੱਢੇ ਨਾਲੇ ਦੀ?
ਦੇਖੋ ਛੇਤੀ ਤੋਂ ਛੇਤੀ ਕਿਹਾ ਗਿਆ ਕਿ ਛੇਤੀ ਤੋਂ ਛੇਤੀ ਇਸ ਦੀ ਸਫਾਈ ਦਾ ਕੰਮ ਜਿਹੜਾ ਮੁਕੰਮਲ ਕਰ ਦਿੱਤਾ ਜਾਏ ਤੇ ਹੋਰ ਉਸੇ ਦੇ ਤਹਿਤ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ ਸਾਰਾ ਐਕਸ਼ਨ ਜਿਹੜਾ ਉਹ ਹੁੰਦਾ ਹੋਇਆ ਵੀ ਨਜ਼ਰ ਆਊਗਾ। ਜੀ, ਤਮਾਮ ਜਾਣਕਾਰੀ ਦੇਣ ਲਈ ਧੰਨਵਾਦ। ਤਾਂ ਅੱਜ ਬੁੱਢੇ ਨਾਲੇ ਦੀ ਸਾਫ਼ ਸਫਾਈ ਨੂੰ ਲੈ ਕੇ ਅਹਿਮ ਮੀਟਿੰਗ ਸੱਦੀ ਗਈ ਸੀ, ਹਾਈ ਲੈਵਲ ਦੀ ਮੀਟਿੰਗ ਹੋਈ ਨੈਬੂਲਾ ਗਰੁੱਪ ਦੇ ਅਫਸਰਾਂ ਦੇ ਨਾਲ ਸੀਐਮ ਮਾਨ ਦੇ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਅਹਿਮ ਚਰਚਾ ਕੀਤੀ ਗਈ ਅਤੇ ਸਫਾਈ ਨੂੰ ਤਿੰਨ ਫੇਜ਼ ਦੇ ਵਿੱਚ ਮੁਕੰਮਲ ਕਰਨ ਨੂੰ ਲੈ ਕੇ ਫੈਸਲਾ ਹੋਇਆ। ਤਾਂ ਅਹਿਮ ਖਬਰ, ਲੁਧਿਆਣਾ ਦਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਬੁੱਢੇ ਨਾਲੇ ਦੀ ਸਫਾਈ। ਕਿਸੇ ਸਮੇਂ ਦਰਿਆ ਹੁੰਦਾ ਸੀ, ਤਾਂ ਅੱਜ ਇੰਨਾ ਇਹ ਜਿਹੜਾ ਮੁੱਦਾ ਭਖਦਾ ਹੋਇਆ ਅਕਸਰ ਦਿਖਾਈ ਦਿੰਦਾ, ਰਾਜਨੀਤੀ ਵੀ ਇਸ ਮੁੱਦੇ 'ਤੇ ਹਮੇਸ਼ਾ ਕੀਤੀ ਜਾਂਦੀ ਹੈ। ਤਾਂ ਇਸੀ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਦੇ ਵੱਲੋਂ ਅਹਿਮ ਮੀਟਿੰਗ ਸੱਦੀ ਗਈ, ਜਿਸ ਦੇ ਵਿੱਚ ਤਿੰਨ ਫੇਜ਼ ਦੇ ਵਿੱਚ ਇਸ ਸਫਾਈ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਤਾਂ ਜਲਦੀ ਹੀ ਬੁੱਢੇ ਨਾਲੇ ਦੀ ਸਫਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਵੇਗੀ, ਤਾਂ ਜਿਹੜੇ ਨਾਲ ਲੱਗਦੇ ਫੈਕਟਰੀਆਂ ਨੇ ਉਹਨਾਂ ਨੂੰ ਵੀ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਜਿਹੜੀਆਂ ਬੇਕਾਰ ਸਮੱਗਰੀ ਹੈ ਉਹ ਬੁੱਢੇ ਨਾਲੇ ਦੇ ਵਿੱਚ ਨਾ ਸਿੱਟੀ ਜਾਵੇ, ਕਿਉਂਕਿ ਉਹੀ ਇੱਕ ਵੱਡਾ ਕਾਰਨ ਹੈ ਬੁੱਢੇ ਨਾਲੇ ਦੀ ਗੰਦਗੀ ਦਾ। ਤਾਂ ਉਹਨਾਂ ਨੂੰ ਵੀ ਹਦਾਇਤਾਂ ਜ਼ਰੂਰ ਦਿੱਤੀਆਂ ਜਾਣਗੀਆਂ, ਪਰ ਤਿੰਨ ਫੇਜ਼ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਸਫਾਈ ਹੁਣ ਜਲਦੀ ਮੁਕੰਮਲ ਹੁੰਦੀ ਹੋਈ ਨਜ਼ਰ ਆਈ ਆਏਗੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।